उस समय बरनाला के गांव गुमटी के घर में मातम छा गया, जब घरेलू झगड़े के चलते झगड़ा इतनी हद तक बढ़ गया कि पति ने गुस्से में आकर अपनी पत्नी के गले में रस्सी डालकर उसका गला घोट दिया, जिसके चलते उसकी पत्नी मनदीप कौर उम्र 35 साल की मौके पर ही मौत हो गई। ये घटना गांव में आग की तरह फैल गई और गांव वालों की तरफ से पुलिस प्रशासन को रिपोर्ट की गई और पुलिस प्रशासन ने कार्रवाई करते हुए मृतक मनदीप कौर को बरनाला सिविल अस्पताल में पोस्टमार्टम के लिए ले जाया गया और मृतका लड़की वालों के परिवार वालों के बयानों के आधार पर मृतका मनदीप कौर के ससुराल वालों के 3 लोगों पति सास और ससुर पर पुलिस ने मुकदमा दर्ज करके अगली कार्रवाई शुरू कर दी है। मृतका के पति ने और गांव वालों ने बताया कि उनके परिवार में काफी समय से घरेलू झगड़े चलते रहते थे, जिसके चलते ये लड़की के साथ मारपीट करते थे। कई बार गांव की पंचायत ने समझाया भी, परंतु आज ये झगड़ा इस हद तक चला गया कि इन परिवार वालों ने मनदीप कौर को जान से ही मार दिया। मृतका के पिता ने और गांव के सरपंच ने पुलिस प्रशासन से मांग की कि दोषियों को सख्त से सख्त सजा दी जाए। आजाद टीवी न्यूज के लिए बरनाला से प्रदीप कुमार की रिपोर्ट। ਸਾਨੂੰ ਤਾਂ ਕੋਈ ਪਤਾ ਨਹੀਂ ਹੁਣ ਜਦੋਂ ਛੱਦ ਲਿਆ ਜੀ ਉੱਥੋਂ ਮੰਜੇ ਮਰੀ ਪਈ ਦੇਖੀਏ ਜਾ ਕੇ ਜਦੋਂ ਪਾਈ ਪਈ ਹੁਣ ਕੀ ਪਤਾ ਕਿਵੇਂ ਕੀ ਕਰਿਆ ਇਹਨਾਂ ਨੇ ਕੀ ਨਾ ਕਰਿਆ ਕੀ ਲੱਗਦਾ ਤੁਹਾਨੂੰ ਕੀ ਹੋਇਆ ਕੀ ਕਹਿ ਸਕਦੇ ਹੁਣ ਸਾਨੂੰ ਕਿ ਗਲ ਘੁੱਟਿਆ ਵਾ ਹੁਣ ਹੁਣ ਤਾਂ ਐਵੇਂ ਫਾਹਾ ਦਿੱਤਾ ਇਹਨਾਂ ਨੇ ਜੇ ਹੁਣ ਗਲ ਲੜਿਆ ਉਹਨਾਂ ਫਾਹਾ ਲੱਗ ਵੀ ਤੁਹਾਨੂੰ ਵੱਜ ਜਾਂਦੀ ਜੀ ਬਾਹਰ ਨਿਕਲਾਉਂਦੀ ਇੱਥੇ ਇੱਥੇ ਤੁਹਾਨੂੰ ਲਾਗ ਆ ਪਹਿਲਾਂ ਵੀ ਕੋਈ ਪਹਿਲਾਂ ਹਾਂ ਲੜਦਾ ਝੜਦਾ ਸੀਗਾ ਬਹੁਤ ਚੜਦਾ ਜੀ ਚੱਲ ਜਿਵੇਂ ਕਰਦੇ ਸੀ ਤੋੜ ਦਿੰਦੇ ਜੀ ਮੈਂ ਤਾਂ ਹੁਣ ਰਲਦਾ ਸੀਗਾ ਐਵੇਂ ਕਹਿੰਦੀ ਗਰੀਬ ਬੰਦਾ ਕਿੰਨੇ ਕੁ ਸਾਲ ਤੋਂ 35 ਸਾਲ ਹੋ ਗਏ ਜੀ ਕੁੜੀ ਨੂੰ ਤਾਂ 35 ਸਾਲ ਗਿਆ 82 ਨੂੰ ਤਾਂ ਹੋ ਗਏ ਇਹਨਾਂ ਨੂੰ ਪਤਾ ਕਿੰਨਾ ਜੀ ਕਿੰਨੇ ਸਾਲ ਹੋ ਗਏ 15-16 ਸਾਲ ਹੋ ਗਿਆ ਬਾਈ ਨੂੰ ਕੋਈ ਦਾਤਹੇਜ ਤਾਂ ਨਹੀਂ ਕੋਈ ਨਹੀਂ ਦਾਤਹੇਜ ਕੋਈ ਨੂੰ ਮੰਗਿਆ ਮੈਂ ਕਹਿੰਦੀ ਇਹ ਪਿੰਡ ਗੁਮਟੀ ਦੀ ਆ ਕੱਲ੍ਹ ਸ਼ਾਮ ਨੂੰ ਇਤਲਾਹ ਮਿਲੀ ਸੀਗੀ ਵੀ ਇੱਥੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਇਤਲਾਹ ਦਿੱਤੀ ਸੀਗੀ ਥਾਣੇ ਆ ਕੇ ਵੀ ਸਾਡੀ ਕੁੜੀ ਨੂੰ ਮਾਰ ਦਿੱਤਾ ਜੋ ਘਰੇਲੂ ਝਗੜਾ ਰਹਿੰਦਾ ਸੀ ਇਹਨਾਂ ਦਾ ਪਹਿਲਾਂ ਜਦੋਂ 15-16 ਸਾਲ ਤੋਂ ਮੈਰਿਡ ਸੀ ਇੱਥੇ ਅਤੇ ਘਰੇਲੂ ਝਗੜਾ ਹੋਣ ਕਰਕੇ ਇਹਨਾਂ ਨੂੰ ਇਤਲਾਹ ਦਿੱਤੀ ਪਿੰਡ ਕਿਸੇ ਨੇ ਵੀ ਤੁਹਾਡੀ ਕੁੜੀ ਇੱਥੇ ਪਈ ਆ ਘਰੇ ਇਹਨਾਂ ਦੇ ਅਤੇ ਜਿਹੜਾ ਇਹਨਾਂ ਨੇ ਜਾ ਕੇ ਦੇਖ ਕੇ ਦੱਸਿਆ ਆਪਣੇ ਬਿਆਨਾਂ 'ਚ ਲਿਖਾਇਆ ਵੀ ਸਾਡੀ ਕੁੜੀ ਨੂੰ ਇਹਨਾਂ ਨੇ ਮਾਰ ਦਿੱਤਾ ਗਲਾ ਘੁੱਟ ਕੇ ਰੱਸੀ ਨਾਲ ਕਿੰਨੀ ਉਮਰ ਹੈ ਜੀ ਕੁੜੀ ਦੀ ਉਮਰ 35 ਸਾਲ ਅਤੇ ਮਨਦੀਪ ਕੌਰ ਕਿਹਨੇ ਮਾਰਿਆ ਕਿ ਨਹੀਂ ਇਹਨਾਂ ਨੇ ਬਿਆਨਾਂ ਦੇ ਵਿੱਚ ਲਿਖਾਇਆ ਹੈਗਾ ਵੀ ਇਹ ਕੁੜੀ ਦਾ ਜਿਹੜਾ ਹਸਬੈਂਡ ਆ ਉਹ ਸਹੁਰਾ ਅਤੇ ਸੱਸ ਦਾ ਨਾਮ ਪਰਚਾ ਦਰਜ ਕਰ ਲਈ ਹਾਂ ਪਰਚਾ ਦਰਜ ਹੋ ਗਿਆ ਕਿੰਨੇ ਜਾਣੇ ਚਾਹੀਦੇ 3 ਜਾਣੇ ਕਿਹਦੇ ਕਿਹਦੇ ਅਤੇ ਇਹਦੇ ਕੁੜੀ ਦੇ ਹਸਬੈਂਡ ਅਤੇ ਕਰਨੈਲ ਸਿੰਘ ਹਸਬੈਂਡ ਅਤੇ ਆਪਣੀ ਇਹਦੀ ਮਾਤਾ ਹਸਬੈਂਡ ਦੇ ਅਤੇ ਮਾਤਾ ਦੇ ਸਿਮਰੋ ਕੌਰ ਉਹਦੀ ਮਾਤਾ ਦਾ ਨਾਂ ਹਰਨੇਕ ਸਿੰਘ ਜਿਹੜਾ ਉਹਦਾ ਸਹੁਰਾ ਕੁੜੀ ਦਾ ਅਰੈਸਟ ਕਰ ਲਏ ਨਹੀਂ ਹਜੇ ਕੋਈ ਅਰੈਸਟ ਨਹੀਂ